ਸਵਾਲ ਬੜਾ ਕਹਿ ਲੋ ਕਿ ਥੋੜਾ ਮੁਸ਼ਕਿਲ ਜਿਹਾ ਕਰ ਦਿੱਤਾ ਜੇ ਤੁਸੀਂ ਔਰਤਾਂ ਕਿਉਂ ਛੁਪਾਉਂਦੀਆਂ ਨੇ ਤੇ ਫਿਰ ਛੁਪਾਉਣੇ ਪੈ ਜਾਣਾ ਅੱਛਾ ਮੀ ਸਨੀਆ ਸਾਹਿਬਾ ਇਹ ਦੱਸੋ ਕਿ ਔਰਤਾਂ ਆਪਣੀ ਉਮਰ ਕਿਉਂ ਛੁਪਾਉਂਦੀਆਂ ਨੇ ਤੇ ਰਾਂਝਾ ਸਾਹਿਬ ਤੁਸੀਂ ਇਹ ਦੱਸੋ ਕਿ ਮਰਦ ਆਪਣੀ ਤਨਖਾਹ ਕਿਉਂ ਛੁਪਾਉਂਦੇ ਸਵਾਲ ਬੜਾ ਕਹਿ ਲੋ ਕਿ ਥੋੜਾ ਮੁਸ਼ਕਿਲ ਜਿਹਾ ਕਰ ਦਿੱਤਾ ਜੇ ਤੁਸੀਂ ਔਰਤਾਂ ਕਿਉਂ ਛੁਪਾਉਂਦੀਆਂ ਨੇ ਤੇ ਫਿਰ ਛੁਪਾਉਣੇ ਪੈ ਜਾਣਾ ਨਹੀਂ ਅੱਜ ਅੱਜ ਕਿਉਂਕਿ ਮਾਂ ਬੋਲੀ ਪੰਜਾਬੀ ਦਾ ਦਿਨ ਨੀ ਅੱਜ ਜਸ਼ਨ ਦਾ ਦਿਨ ਨੀ ਅਸੀਂ ਜਸ਼ਨ ਮਨਾ ਰਹੇ ਹਾਂ ਅੱਜ ਹਕੀਕਤ ਦੱਸਣੀ ਚਾਹੀਦੀ ਤੁਸੀਂ ਆਪਣਾ ਤਜਰਬਾ ਆਪਣਾ ਚੀਜ਼ਾਂ ਸ਼ੇਅਰ ਕਰੋ ਕਿਉਂਕਿ ਸਾਨੂੰ ਪੰਜਾਬੀ ਹੋਣੇ ਤੇ ਮਾਣ ਹੈ ਦੁਨੀਆ ਬਹੁਤ ਜ਼ਿਆਦਾ ਮਟੀਰੀਅਲਿਸਟਿਕ ਹੋ ਗਈ ਹੈ ਲੋਕੀ ਤੁਹਾਡਾ ਸਟੇਟਸ ਵੇਖ ਕੇ ਤੁਹਾਡੀ ਇੱਜ਼ਤ ਕਰਦੇ ਅਗਰ ਐਗਜ਼ੈਕਟਲੀ ਦੱਸ ਦੇਵੋਗੇ ਤੁਹਾਡੀ ਕਮਾਈ ਕਿੰਨੀ ਹੈ ਤੁਹਾਡੀ ਪੇ ਕਿੰਨੀ ਹੈ ਤੇ ਮੇ ਵੀ ਅਗਰ ਉਹ ਥੋੜੀ ਹੈ ਤੇ ਸ਼ਾਇਦ ਮਰਦ ਨੂੰ ਇਹ ਥ੍ਰੈਟ ਰਹਿੰਦਾ ਹੈ ਕਿ ਮੈਂ ਮਤਲਬ ਮੇਰੀ ਸ਼ਾਇਦ ਇੱਜ਼ਤ ਨਾ ਕੀਤੀ ਜਾਵੇ ਉਹ ਜਿਤਨਾ ਇੱਕ ਓਹਲਾ ਰਿਹਾ ਰਵੇ ਜਿਤਨਾ ਇੱਕ ਮਤਲਬ ਕਿਸੇ ਪਤਾ ਨਾ ਲੱਗੇ ਤੇ ਇੱਕ ਬਣਿਆ ਰਵੇ ਮੇਰਾ ਜ਼ਰਾ ਪ੍ਰੈਸ਼ਰ ਦੂਜੀ ਮੈਂ ਜਿਹੜਾ ਮੇਰਾ ਜ਼ਾਤੀ ਐਕਸਪੀਰੀਅੰਸ ਸੀ ਉਹ ਇਹ ਵੀ ਹੈ ਕਿ ਅਗਰ ਐਗਜ਼ੈਕਟ ਫਿਕਰ ਮੈਂ ਸ਼ੁਰੂ ਪਹਿਲਾਂ ਦੱਸ ਦਿੰਦਾ ਸੀ ਉਹ ਫਿਰ ਮਸਲਾ ਹੋ ਜਾਂਦਾ ਸੀ ਕਿ ਝਗੜਾ ਅੰਮੀ ਜੀ ਤੇ ਬੇਗਮ ਤੇ ਉਹਨਾਂ ਵਿੱਚ ਹੋ ਜਾਂਦਾ ਸੀ ਕਿ ਉਹ ਨਿੰਨੇ ਦਿੱਤੇ ਸੀ ਤੇ ਮੈਨੂੰ ਥੋੜੇ ਦਿੱਤੇ ਸੀ ਠੀਕ ਹੈ ਹੁਣ ਮੈਂ ਇਸ ਤੋਂ ਵੀ ਐਗਜ਼ੈਕਟ ਫਿਕਰ ਨਹੀਂ ਦੱਸਦਾ ਕਿਸ ਨੂੰ ਕੀ ਦਿੱਤਾ ਕੀ ਨਹੀਂ ਉਹ ਫਿਰ ਇਹ ਵੀ ਇੱਕ ਵਜ੍ਹਾ ਹੋ ਸਕਦੀ ਕਿ ਮਰ ਛੁਪਾਉਂਦੇ ਲੇਕਿਨ ਜ਼ਿਆਦਾ ਸੁਸਾਇਟੀ ਚ ਇਹ ਵਾ ਉਹ ਲੋਕਾਂ ਜਿਹਦੇ ਪਤਾ ਲੱਗ ਜਾਂਦਾ ਤੁਹਾਡੀ ਕਿਤਨੀ ਇਨਕਮ ਹੈ ਉਹਦੇ ਮੁਤਾਬਕ ਤੁਹਾਨੂੰ ਟ੍ਰੀਟ ਕਰਦੇ ਆ ਅਗਰ ਉਹ ਛੁਪੇ ਹੈ ਅੱਛਾ ਸ਼ਾਪਿੰਗ ਯਾਦ ਆਇਆ ਮਿਸ ਸਨੀਆ ਬਾਟ ਸਾਹਿਬਾ ਇਹ ਦੱਸੋ ਕਿ ਔਰਤਾਂ ਤਿਆਰ ਹੁੰਦੀਆਂ ਇੰਨਾ ਜ਼ਿਆਦਾ ਟਾਈਮ ਕਿਉਂ ਲੱਗਦਾ ਦੇਖੋ ਔਰਤਾਂ ਤਿਆਰ ਹੁੰਦੀਆਂ ਇਸ ਵਾਸਤੇ ਜ਼ਿਆਦਾ ਟਾਈਮ ਲਾਉਂਦੀਆਂ ਨੇ ਕਿ ਉਹ ਸਭ ਤੋਂ ਜ਼ਿਆਦਾ ਖੂਬਸੂਰਤ ਦਿਖਣਾ ਚਾਹੁੰਦੀਆਂ ਨੇ ਤੇ ਇਸ ਵਾਸਤੇ ਉਹ ਉਹਨਾਂ ਦੀ ਮੇਕਅਪ ਦੀ ਤਿਆਰੀ ਉਹਨਾਂ ਦੀ ਬਾਕੀ ਸਾਰੀਆਂ ਤਿਆਰੀਆਂ ਦੇ ਵਿੱਚ ਟਾਈਮ ਲੱਗਦਾ ਹੈ ਲੇਕਿਨ ਅੱਜ ਕੱਲ੍ਹ ਜਿਹੜਾ ਵੀ ਅੱਜ ਕੱਲ੍ਹ ਮਰਦ ਵੀ ਕੋਈ ਇੰਨਾ ਨਹੀਂ ਕਰਦੇ ਹੈ ਔਰਤਾਂ ਤੋਂ ਜ਼ਿਆਦਾ ਮਰਦ ਟਾਈਮ ਲਾਉਂਦੇ ਨੇ ਤਿਆਰ ਹੁੰਦਿਆਂ ਉਹਨਾਂ ਨੂੰ ਜਿਸਮ ਕਿਧਰੇ ਜਾਣਾ ਹੋਵੇ ਤੇ ਬਿਊਟੀ ਪਾਰਲਰ ਚਲੇ ਜਾਂਦੇ ਨੇ ਮੈਂ ਸਲੂਨ ਤੋਂ ਵਾਲ ਕਟਵਾ ਕੇ ਆਇਆ ਸ਼ੇਵ ਕਰਵਾ ਲਵਾਂ ਤੇ ਫੇਸ਼ੀਅਲ ਕਰਵਾ ਲਵਾਂ ਅੱਜ ਕੱਲ੍ਹ ਔਰਤਾਂ ਤੋਂ ਜ਼ਿਆਦਾ ਮਰਦ ਹੀ ਟਾਈਮ ਲਾਉਂਦੇ ਨੇ ਰਾਂਝਾ ਸਾਹਿਬ ਤੁਹਾਨੂੰ ਕਿੰਨਾ ਟਾਈਮ ਤਿਆਰ ਹੋਣੇ ਚ ਅੱਜ ਜਨਾਬ ਰਾਜਾ ਸਾਹਿਬ ਤੁਸੀਂ ਗਵਾਹ ਹੋ ਕਿ ਮੈਂ ਤੇ ਬਸ ਆਇਆ ਇਤਨਾ ਹੀ ਟਾਈਮ ਲੱਗਾ ਸੀ ਮੈਂ ਲਿੰਕ ਸੈਂਡ ਕੀਤਾ ਮੈਂ ਕੰਮ ਤੇ ਮੈਂ ਪੱਗ ਬੰਨ ਕੇ ਇੱਥੇ ਬਹਿ ਗਿਆ